ਤੇ ਹੁਣ ਸਵੇਰ ਵਾਲਾ ਸ਼ੋਅ ਵਿਜੈ ਸਾਨੀ ਦੇ ਨਾਲ ਕੋਵਿਡ-19 ਦੇ ਚੱਲਦੇ ਜੋ ਹੁਣ ਇਸ ਵੇਲੇ ਮਾਹੌਲ ਬਣਿਆ ਹੋਇਆ ਨਿਰੰਤਰ ਨਵੀਆਂ ਖਬਰਾਂ ਆ ਰਹੀਆਂ ਨੇ ਉਨਾ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਹਰ ਸੈਟਰਡੇ ਸੁੰਡੇ ਨੂੰ ਵੀ ਹੁਣ 11 ਤੋਂ 12 ਦਰਮਿਆਨ 1 ਘੰਟੇ ਦਾ ਸਪੈਸ਼ਲ ਨਿਊਜ਼ ਟੇਕਅਵੇ ਸੈਗਮੈਂਟ ਪ੍ਰਸਾਰਤ ਕੀਤਾ ਜਾਂਦਾ ਹੈ ਜਿਸ ਵਿੱਚ ਮੇਰੇ ਨਾਲ ਸ਼ਾਮਲ ਹੁੰਦੇ ਨੇ ਸਾਡੇ ਕਨੈਕਟ ਐਫਐਮ ਦੇ ਨਿਊਜ਼ ਡਾਇਰੈਕਟਰ ਵਾਸੂ ਕੁਮਾਰ ਵਾਸੂ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵਿਜੇ ਕਨੈਕਟ ਨਾਲ ਕਨੈਕਟ ਹੋਏ ਸਾਰੇ ਲਿਸਨਰਸ ਨੂੰ ਵੀ ਗੁੱਡ ਮਾਰਨਿੰਗ ਔਰ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਬਸ ਵਧੀਆ ਯਾਰ ਰਦਾ ਕੋਟ ਸੋਨਾ ਸਲੇਟੀ ਰੰਗ ਦਾ ਕੋਟ ਤੁਸੀਂ ਆਪ ਹੀ ਬਹੁਤ ਸੋਹਣੇ ਹੋ ਓਏ ਹੋਏ 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 ਅੱਛਾ ਹੁਣ ਐ ਕਰੀਏ ਸਮਾ ਸਾਡੇ ਕੋਲ ਦੇਖਣਵਾ ਮਣਮਾਈਆਂ ਖਬਰਾਂ ਕਾਫੀ ਨੇ ਜਿਨ੍ਹਾਂ ਬਾਰੇ ਗੱਲ ਕਰਨੀਆਂ ਕੋਵਿਡ 19 ਨਾਲ ਨਾ ਇੱਕ ਜਿਹੜਾ ਪੋਲਿਟੀਕਲ ਮਾਹੌਲ ਬਣਿਆ ਉਹ ਬੜਾ ਡਿਫਰੈਂਟ ਜਿਹਾ ਬਣ ਗਿਆ ਤੁਸੀਂ ਇਹ ਵੇਖੋ ਕਿ ਕੈਨੇਡਾ ਤੇ ਯੂ ਐਸ ਵੈਸੇ ਐਲਾਈਜ਼ ਨੇ ਪਰ ਹੁਣ ਜਿਹੜਾ ਐਨ 95 ਮਾਸਕ ਵਾਲੀ ਸਿਚੁਏਸ਼ਨ ਬਣੀ ਉਹਦੇ ਕਰਕੇ ਹੁਣ ਆਪਸ ਵਿੱਚ ਫੇਰ ਖਿੱਚੋ ਤਾਣ ਸ਼ੁਰੂ ਹੋ ਗਈ ਹੈ ਪਰ ਕੈਨੇਡਾ ਹੁਣ ਜ਼ਿਆਦਾ ਡਿਪੈਂਡ ਕਰ ਰਿਹਾ ਹੈ ਇਹਨਾਂ ਮਾਸਕਸ ਵਾਸਤੇ ਫਿਲਹਾਲ ਜੈਨਾ ਦੇ ਉੱਪਰ ਜਿਹਦੇ ਨਾਲ ਪਿਛਲੇ 2 ਸਾਲਾਂ ਤੋਂ ਟੈਨਸ਼ਨ ਕਾਫੀ ਵਧੀ ਹੋਈ ਹੈ ਡੱਗ ਫੋਰਡ অন্ਟਾਰੀਓ ਦੇ ਪ੍ਰੀਮੀਅਰ ਨੋ ਹੀ ਊ ਬਕਮਿੰਗ ਟੂ ਦਾ ਹੈਨਾ ਓਕੇ ਵੈਲ ਕਰ ਲੋ ਗੱਲ ਪੂਰੀ ਉਹ ਨਹੀਂ 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 ਸੋ ਡੱਗ ਫੋਰਡ অন্ਟਾਰੀਓ ਦੇ ਪ੍ਰੀਮੀਅਰ ਕ੍ਰਿਸਟੀਆ ਫਰੀਲੈਂਡ ਦੀ ਸਿਫਤਾਂ ਕਰ ਰਹੇ ਨੇ ਕ੍ਰਿਸਟੀਆ ਫਰੀਲੈਂਡ ਕਹਿ ਰਹੇ ਨੇ ਕਿ ਸਾਡੀ ਜਦੋਂ ਆਪਸ ਚ ਗੱਲ ਹੁੰਦੀ ਹੈ ਕ੍ਰਿਸਟੀਆ ਫਰੀਲੈਂਡ ਜਿਹੜੇ ਕਿ ਕੈਨੇਡਾ ਦੇ ਡੈਪਟੀ ਪ੍ਰਾਈਮ ਮਿਨਿਸਟਰ ਨੇ ਤੇ ਆਫਕੋਰਸ ਲਿਬਰਲ ਪਾਰਟੀ ਨੂੰ ਬਿਲੋਂਗ ਕਰਦੇ ਨੇ ਜਿਹੜੇ ਪਿਛਲੇ ਇਲੈਕਸ਼ਨ ਦੇ ਵਿੱਚ 6 ਮਹੀਨੇ ਪਹਿਲਾਂ ਟੋਰਾਂਟੋ ਏਰੀਆ ਦੇ ਵਿੱਚ ਡੱਗ ਫੋਰਡ ਦੀ ਗਵਰਨੈਂਸ ਦੀ ਪੂਰੀ ਨਖੇਦੀ ਕਰ ਰਹੇ ਸੀ ਹੁਣ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜਦੋਂ ਅਸੀਂ ਆਪਸ ਵਿੱਚ ਗੱਲ ਕਰਦੇ ਹਾਂ ਵੀ ਕਿਵੇਂ ਕੋਵਿਡ-19 ਨਾਲ ਹੋਰ ਕੀ ਪਲੈਨਿੰਗ ਕਰੀਏ ਉਹ ਸਾਡੇ ਵਾਸਤੇ ਇੱਕ ਥੈਰੇਪੀ ਸੈਸ਼ਨ ਹੈ ਡੱਗ ਫੋਰਡ ਟਰੰਪ ਦੀ ਨਖੇਦੀ ਕਰ ਰਹੇ ਨੇ ਉਹ ਕਹਿੰਦੇ ਕਿ ਆਮ ਵੈਰੀ ਡਿਸਪਾਇੰਟਡ ਵਿਥ ਟਰੰਪ ਨੇ ਜੋ ਸਟੈਂਸ ਲਿਆ ਉਹਨੇ ਸਾਰੀਆਂ ਖਬਰਾਂ ਦੀ ਗੁੱਥੀ ਇੱਕ ਇੱਕ ਕਰਕੇ ਖੋਲਦੇ ਆਂ ਬਸ ਮੈਂ ਕਹਿੰਦਾ 트럼ਪ ਤੋਂ ਸ਼ੁਰੂ ਕਰੋ ਉੱਥੋਂ ਸ਼ੁਰੂ ਕਰਦੇ ਆ ਕਿਉਂਕਿ 트럼ਪ ਦੀ ਹੁਣ ਨਾ ਸਿਫਤ ਕਰਨੀ ਬਹੁਤ ਔਖੀ ਹੋ ਗਈ ਆ ਹਾਂ ਈਵਨ ਜਿਹੜੇ ਹਾਰਡ ਕੋਰ ਸਪੋਰਟਰ ਵੀ ਸਕੇ ਜੀ ਉਹ ਗੱਲਾਂ ਹੀ ਅਜਹੀਆਂ ਕਰ ਰਹੇ ਨੇ ਡੋਨਲਡ 트럼ਪ ਹਮ ਕੱਲ੍ਹ ਵਿਜੇ ਉਹਨਾਂ ਨੇ ਵਾਈਟ ਹਾਊਸ ਬਰੀਫਿੰਗ ਜਿਹੜੀ ਕਿ ਰੋਜ਼ ਹੁੰਦੀ ਆ ਉਹਨਾਂ ਦੀ ਉਹ ਕੱਲ੍ਹ ਸ਼ਾਮ ਨੂੰ ਨਾ ਮੈਂ YouTube ਤੇ ਉਹਨਾਂ ਦੀ ਪੂਰੀ ਬਰੀਫਿੰਗ بیٹھ ਕੇ ਸੁਣੀ ਹਮ ਤੇ ਮੈਨੂੰ ਲੱਗਿਆ ਸੀ ਵੀ ਇਹਦੇ ਚੋਂ ਕੋਈ ਯੂ نو ਦੇ ਵਿਲ ਬੀ ਸਮ ਟੇਕ ਅਵੇ ਫਰਮ ਥੇਰ ਜੋ ਅਸੀਂ ਨਿਊਜ਼ ਟੇਕ ਅਵੇ ਦੇ ਵਿੱਚ ਸ਼ਾਮਲ ਕਰਾਂਗੇ ਜੀ ਆ ਕੋਈ ਹੱਥ ਪੱਲੇ ਕੋਈ ਗੱਲ ਪਈ ਨਹੀਂ ਕੋਈ ਆਈ ਨਹੀਂ ਪਰ ਐਂਟਰਟੇਨਮੈਂਟ ਬਹੁਤ ਹੋਇਆ ਨਹੀਂ ਸੱਚ ਹੈ ਕਿ ਮਾਈ ਵਾਈਫ ਵਾਸ ਓਲਸੋ ਸਿਟਿੰਗ ਵਿਦ ਮੀ ਤੇ ਉਹ ਡੈਂਟਿਸਟ ਨੇ ਉਹਨਾਂ ਦਾ ਕੋਈ ਨਿਊਜ਼ ਦੇ ਵਿੱਚ ਬਹੁਤਾ ਇੰਟਰਸਟ ਨਹੀਂ ਹੁੰਦਾ ਹਾਂ ਤੇ ਪਰ ਉਹ ਕਹਿੰਦੇ ਕਿ ਆ ਤੁਸੀਂ ਮੈਨੂੰ ਬਹੁਤ ਵਧੀਆ ਚੀਜ਼ ਦਿਖਾਤੀ ਕਹਿੰਦੇ ਲਾਕਡਾਊਨ ਚੱਲਦਾ ਹੈ ਮੈਂ ਰੋਜ਼ ਹੀ ਦੇਖਿਆ ਕਰੂੰਗੀ 2 ਘੰਟੇ ਬੋਲਦਾ ਤੇ ਐਂਟਰਟੇਨਮੈਂਟ ਬਹੁਤ ਸੋਹਣਾ ਹਾਂ ਹੁਣ ਉਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਉਹਦੀਆਂ ਡੀਟੇਲਸ ਥੋੜੀਆਂ ਜਿਹਾ ਦੱਸਣਾ ਚਾਹਨਾ ਕਿ ਕੱਲ ਡੋਨਲਡ ਟਰੰਪ ਨੇ ਕੀ ਕੀ ਕਿਹਾ ਹਾਂ ਡੋਨਲਡ ਟਰੰਪ ਅਸੀਂ ਜਾਣਦੇ ਹਾਂ ਕਿ ਟੀਵੀ ਸਟਾਰ ਪਹਿਲਾਂ ਤੋਂ ਹੀ ਸੀਗੇ ਹੂੰ ਰੈਸਲਿੰਗ ਦੇ ਵੀ ਫੈਨਸ ਸੀਗੇ ਡਬਲਯੂਡਬਲਯੂ ਚ ਆ ਜਾਂਦੇ ਹੁੰਦੇ ਸੀ ਕਿਤੇ ਕਿਤੇ ਹਨਾ ਹੁਣ ਡਾਕਟਰ ਬਣ ਗਏ ਨੇ ਵੀਰੇ ਕੋਵਿਡ 19 ਵਾਸਤੇ ਹਾਂ ਅ ਅਜੇ ਤੱਕ ਕੋਈ ਮੈਡੀਸਿਨ ਤਿਆਰ ਨਹੀਂ ਹੋਈ ਦੈਟਸ ਰਾਈਟ ਵੈਕਸੀਨ ਤੇ ਕੰਮ ਚੱਲ ਰਿਹਾ ਹੂੰ ਤੇ ਬਹੁਤ 25 ਥਾਵਾਂ ਤੇ ਵਰਲਡ ਓਵਰ ਚੱਲ ਰਿਹਾ ਹੈ ਅਲੱਗ ਅਲੱਗ ਵੈਕਸੀਨਸ ਟੈਸਟ ਹੋ ਰਹੀਆਂ ਯੈਸ ਉਹਨਾਂ ਦੇ ਵਿੱਚੋਂ ਇੱਕ ਰਿਸਰਚ ਜਿਹੜੀ ਬੀਸੀ ਦੇ ਵਿੱਚ ਵੀ ਚੱਲ ਰਹੀ ਹੈ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਪਰ ਅਜੇ ਤੱਕ ਕੋਈ ਵੈਕਸੀਨ ਤਿਆਰ ਨਹੀਂ ਹੋਈ ਹੂੰ ਕੋਈ ਅਜੇ ਤੱਕ ਉਹਦਾ ਇਲਾਜ ਤਿਆਰ ਨਹੀਂ ਹੋਇਆ ਪਰ ਡਾਕਟਰ ਡੋਨਲਡ 트ੰਪ ਉਹ ਕਹਿੰਦੇ ਨੇ ਕਿ ਹਾਈਡਰੋਕਲੋਰੋਕੁਇਨ ਹਾਂ ਇਹ ਹਾਈਡਰੋਕਸੀਕਲੋਰੋਕੁਇਨ ਜੀ ਇੱਕ ਡਰਗ ਹੈ ਜਿਹੜਾ ਕਿ ਮਲੇਰੀਆ ਤੇ ਲੂਪਸ ਦੇ ਮਰੀਜ਼ਾਂ ਦੇ ਲਈ ਇਸਤੇਮਾਲ ਹੁੰਦਾ ਰਾਈਟ ਡਾਕਟਰ ਸਾਹਿਬ ਕਹਿੰਦੇ ਕਿ ਤੁਸੀਂ ਸਾਰੇ ਉਹ ਲੈ ਲਓ ਹਾਂ ਇੱਕ ਵਾਰ ਦੁਬਾਰਾ ਦੱਸ ਦੇ ਵੀ ਡਾਕਟਰ ਸਾਹਿਬ ਅਸੀਂ ਕਟਾਕਸ਼ ਦੇ ਰੂਪ ਵਿੱਚ ਡੋਨਲਡ 트ੰਪ ਨੂੰ ਲੈ ਕੇ ਕਹਿ ਰਹੇ ਹਾਂ ਹਾਂ ਕਹਿੰਦੇ ਕਿ ਤੁਸੀਂ ਸਾਰੇ ਇਹ ਡਰਗ ਲੈ ਲਓ ਮੈਂ ਵੀ ਕਹਿੰਦਾ ਸੋਚਦਾ ਮੈਂ ਲੈ ਲਵਾਂ ਅੱਛਾ ਹੁਣ ਤੁਸੀਂ ਦੇਖੋ ਪੁੱਠੀ ਗੱਲ ਕੀ ਆ ਕਿ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਇਹ ਇਹ ਦਵਾਈ ਲੈਣ ਦੀ ਤਾਕੀਦ ਕਦੇ ਵੀ ਨਹੀਂ ਕੀਤੀ ਜਿਹੜੀ ਤਾਕੀਦ ਉਹਨਾਂ ਨੇ ਕੀਤੀ ਆ ਲੋਕਾਂ ਨੂੰ ਇਹ ਕਿਹਾ ਹੁਣ ਯੂ ਐਸ ਏ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਡਾਇਰੈਕਸ਼ਨ ਆ ਕਿ ਜੇ ਤੁਸੀਂ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਮਾਸਕ ਪਾ ਕੇ ਨਿਕਲੋ ਜਦੋਂ 2 ਦਿਨ ਪਹਿਲਾਂ ਗੱਲ ਹੋਈ 트ੰਪ ਨੂੰ ਪੁੱਛਿਆ ਕਿ ਤੁਸੀਂ ਮਾਸਕ ਪਹਿਨੋਗੇ ਕਹਿੰਦਾ ਮੈਂ ਨਹੀਂ ਪਾਉਂਗਾ ਸੋ ਜਦੋਂ ਇਹ ਬਰੀਫਿੰਗ ਚੱਲ ਰਹੀ ਸੀ ਵਜੇ ਉਹਨਾਂ ਦੇ ਨਾਲ ਜਿਹੜੇ ਅਸਲੀ ਡਾਕਟਰ ਡਾਕਟਰ ਐਂਟਨੀ ਉੱਚੀ ਜਿਹਨਾਂ ਨੂੰ ਟੋਨੀ ਕਹਿ ਕੇ ਬੁਲਾਉਂਦੇ ਨੇ ਜੀ ਉਹ ਵੀ ਨਾਲ ਖੜੇ ਸੀ ਹਾਂ ਤੇ ਮੀਡੀਆ ਨੇ ਜਦੋਂ ਸਵਾਲ ਪੁੱਛਨੇ ਸ਼ੁਰੂ ਕੀਤੇ ਉਹਨਾਂ ਨੇ ਕਿਹਾ ਵੀ ਇਹ 트ੰਪ ਤਾਂ ਥੱਲੇ ਨਹੀਂ ਲੱਗਣ ਦਿੰਦੇ ਵੀ ਡਾਕਟਰ ਸਾਹਿਬ ਨੂੰ ਕਹਿੰਦੇ ਸੀ ਪੁੱਛਣਾ ਤੁਹਾਨੂੰ ਨਹੀਂ ਪੁੱਛਣਾ ਸਵਾਲ ਹਾਂ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਜਿਹੜੀ ਹਾਈਡਰੋਕਸੀ ਕਲੋਰੋਕੁਇਨ ਹੈਗੀ ਆ ਇਹ ਲੈ ਲੈਣੀ ਚਾਹੀਦੀ ਆ ਹੂੰ ਤੇ ਉਹ ਕਹਿੰਦੇ ਇਹਦਾ ਮੈਡੀਕਲ ਕੋਈ ਐਵੀਡੈਂਸ ਨਹੀਂ ਹੈਗਾ ਜੀ ਤੇ ਕੋਈ ਟੈਸਟਿੰਗ ਨਹੀਂ ਦੀ ਹੋਈ ਪਰ ਕਹਿੰਦੇ ਕਿ ਕਿਉਂਕਿ ਇਹ ਲੰਗਸ ਦੇ ਲਈ ਇੱਕ ਐਂਟੀਬਾਇਓਟਿਕ ਹੈ ਜਿਹੜਾ ਕਿ ਮਲੇਰੀਆ ਲਈ ਇਸਤੇਮਾਲ ਹੁੰਦਾ ਹੈ ਇੰਡੀਆ ਦੇ ਵਿੱਚ ਕਿਉਂਕਿ ਮਲੇਰੀਆ ਅਜੇ ਵੀ ਪ੍ਰੇਵਲੈਂਟ ਹੈ ਜੀ ਇੰਡੀਆ ਵਿੱਚ ਬਹੁਤ ਵੱਡੀ ਤਾਦਾਦ ਤੇ ਡਰੱਗ ਬਣਦਾ ਤੇ ਇੰਡੀਆ ਨੇ ਬੈਨ ਵੀ ਕਰਤਾ ਸੀ ਇਹਦਾ ਐਕਸਪੋਰਟ ਤੇ ਜਿਸ ਤੋਂ ਬਾਅਦ ਡੋਨਲਡ 트੍ਰੰਪ ਨੇ ਕੱਲ 2-3 ਵਾਰ ਨਰਿੰਦਰ ਮੋਦੀ ਦਾ ਨਾਮ ਲੈ ਕੇ ਕਿਹਾ ਕਹਿੰਦੇ ਕਿ ਮੇਰੇ ਮੋਦੀ ਸਾਹਿਬ ਨਾਲ ਗੱਲ ਹੋ ਗਈ ਹੈ ਤੇ ਉਹਨਾਂ ਨੂੰ ਮੈਂ ਬਾਰ-ਬਾਰ ਕਿਹਾ ਕਿ ਤੁਸੀਂ ਸਾਨੂੰ ਇਹ ਡਰੱਗ ਜਿਹੜਾ ਹੈਗਾ ਭੇਜੋ ਜਿਹੜਾ ਬੈਨ ਲਗਾਇਆ ਉਹਨੂੰ ਰੋਕ ਦਿਓ ਜੀ ਅੱਛਾ ਡਾਕਟਰ ਫਾਊਚੀ ਕਹਿੰਦੇ ਕਿ ਕੋਈ ਇਹਦਾ ਮੈ ਕੋਈ ਮੈਡੀਕਲ ਇਹਦਾ ਕੋਈ ਐਵੀਡੈਂਸ ਨਹੀਂ ਹੈਗਾ ਕਿ ਇਹ ਇਫੈਕਟਿਵ ਹੋਏਗਾ ਕਿ ਨਹੀਂ ਕੋਵਿਡ-19 ਵਾਸਤੇ ਕੋਵਿਡ-19 ਵਾਸਤੇ ਮਲੇਰੀਆ ਦੇ ਵਾਸਤੇ ਹੈਗਾ ਹਾਂ ਐਗਜ਼ੈਕਟਲੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਉਸ ਡਾਕਟਰ ਹਾਉਚੀ ਇਹ ਬੋਲ ਰਹੇ ਨੇ ਡੋਨਲਡ ਟਰੰਪ ਨਾਲ ਖੜੇ ਸਾਈਡ ਤੇ ਹੋਏ ਸੀ ਡੈਸ ਤੋਂ ਉਹਨਾਂ ਨੂੰ ਇਹਦਾ ਪਰਾਂ ਕਰਕੇ ਆਪ ਆ ਗਏ ਡੈਸ ਤੇ ਜੀ ਤਾਂ ਕਿ ਕਹਿੰਦੇ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਬਿਮਾਰ ਨੇ ਉਹ ਤਾਂ ਲੈ ਲੈਣ ਹਾਂ ਕਹਿੰਦੇ ਵਾਟ ਹੁ ਮੈਂ ਕੋਡ ਕਰ ਰਿਹਾ ਇੰਗਲਿਸ਼ ਵਿੱਚ ਥੋੜਾ ਮੈਂ ਬੋਲਣਾ ਕਿਉਂਕਿ ਡੋਨਲਡ 트ੰਪ ਦੇ ਸ਼ਬਦਾਂ ਨੂੰ ਡੋਨਲਡ 트ੰਪ ਦੇ ਸ਼ਬਦਾਂ ਜੀ ਬਿਆਨ ਕੀਤਾ ਜਾਂਦਾ ਟ੍ਰਾਂਸਲੇਟ ਕਰਨਾ ਔਖਾ ਹੋ ਜਾਂਦਾ ਉਹ alot is lost in translation <laughs> <laughs> especially when it comes to Donald Trump that's true ਉਹ ਕਹਿੰਦੇ what do you have to lose ਹਾਂ ਟੇਕ ਇਟ ਆਈ ਰੀਲੀ ਥਿੰਕ ਦੇ ਸ਼ੁੱਡ ਟੇਕ ਇਟ ਹਾਂ ਬਟ ਇਟਸ देयर ਚੋਇਸ ਫ੍ਰੀ ਕੰਟਰੀ ਹੈ ਨਾ ਕਹਿੰਦੇ ਫੋਕ ਨਹੀਂ ਰਿਹਾ ਐਂਡ ਇਟਸ ਦੇ ਡਾਕਟਰਸ ਚੋਇਸ ਹਾਂ ਔਰ ਦ ਡਾਕਟਰਸ ਇਨ ਦ ਹਸਪੀਟਲ ਹਾਂ ਇਹਦਾ ਮਤਲਬ ਕੀ ਹੈ ਮੈਨੂੰ ਨਹੀਂ ਪਤਾ ਹਾਂ ਬਟ ਹਾਈਡਰੋਕਸੀ ਕਲੋਰੋਕੁਇਨ ਟ੍ਰਾਈ ਇਟ ਇਫ ਯੂਡ ਲਾਈਕ ਇਹ ਕੋਈ ਮਤਲਬ ਕਮਰਸ਼ੀਅਲ ਹੈ ਐਗਜ਼ੈਕਟਲੀ ਮੈਂ ਇਹ ਹੀ ਕਹਿਣ ਲੱਗਿਆ ਸੀ ਇਦਾਂ ਲੱਗਦਾ ਕਿ ਕਿਸੇ ਕੋਈ ਕਿਸੇ ਡਰੱਗ ਦਾ ਜਾਂ ਕੋਈ ਸ਼ਰਾਬ ਦਾ ਜਾਂ ਸਿਗਰਟ ਦਾ ਕਮਰਸ਼ੀਅਲ ਹੈ ਕਮਰਸ਼ੀਅਲ ਹੋਵੇ ਨਾ ਜਿਹਦੇ ਵਿੱਚ ਕਿਹਾ ਜਾ ਰਿਹਾ ਲੈ ਲਓ ਬਾਕੀ ਤੁਹਾਡੀ ਮਰਜ਼ੀ ਹੈ ਹਾਂ ਟ੍ਰਾਈ ਇਟ ਬੜੀ ਜਿਵੇਂ ਨਾ ਕੈਜੂਅਲੀ ਕੋਈ ਗੱਲ ਜੀ ਕਰ ਦਿੰਦੇ ਹਾਂ ਉਹਨਾਂ ਦਾ ਲੈ ਜਾ ਇਸ ਟ੍ਰਾਈ ਇਟ ਹਾਂ ਇਫ ਯੂਡ ਲਾਈਕ ਅਜ਼ਮਾ ਕੇ ਵੇਖੋ ਕੀ ਓਕੇ ਸੋ ਵਿਜੇ ਉਸ ਤੋਂ ਬਾਅਦ ਕਹਿੰਦੇ If this drug works, Haan. it will not be a game changer. Haan. Because that's not a nice enough term. <laughs> <laughs> Adjectives. <laughs> 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 it will be wonderful. It will be so beautiful. My quote card, It will be a gift from heaven if it works. <laughs> <laughs> Donald Trump Boden, US the president, COVID 19, they ਸੰਬੰਧ ਵਿੱਚ ਜਦੋਂ ਉਹਨਾਂ ਦੇ ਨਾਲ ਦੇਖੋ ਤੁਸੀਂ ਕੰਟੈਕਸਟ ਵੇਖੋ ਦੁਨੀਆ ਭਰ ਦੇ ਵਿੱਚ ਜਿਹੜਾ ਇੱਕ ਸਤਕਾਰਤ ਡਾਕਟਰ ਹੈ ਇਸ ਸਿਚੁਏਸ਼ਨ ਨਾਲ ਡੀਲ ਕਰਨ ਵਾਲੇ ਡਾਕਟਰ ਐਂਥਨੀ ਫਾਊਚੀ ਉਹ ਨਾਲ ਖੜੇ ਨੇ ਸੋਚੋ ਉਹਨਾਂ ਦੇ ਮਨ ਤੇ ਕੀ ਵੀਤਰੀ ਹੋਣੀ ਕਿ ਚੀਚੀਆਂ ਵੱਟਦੇ ਹੋਣੇ ਜਿਹੜੀ ਦੂਜੀ ਗੱਲ ਹੈ ਕਿ ਲੂਪਸ ਉਹ ਕਹਿੰਦੇ ਕਿ ਅੱਜ ਕੱਲ ਇੱਕ ਗੱਲ ਤੁਰੀ ਹੋਈ ਹੈ ਕਿੱਥੇ ਤੁਰੀ ਹੋਈ ਆ ਇਹ ਨਹੀਂ ਪਤਾ ਨਹੀਂ ਕਹਿੰਦੇ ਇਟਸ ਆਊਟ देयर ਕਿ ਇਹ ਜਿਹੜਾ ਡਰਗ ਹੈ ਕਿਉਂਕਿ ਲੂਪਸ ਦੇ ਮਰੀਜ਼ ਇਹ ਡਰਗ ਆਲਰੇਡੀ ਲੈ ਰਹੇ ਨੇ ਜੀ ਕਿਉਂਕਿ ਉਹਦੇ ਲਈ ਇਹ ਇਸਤੇਮਾਲ ਹੁੰਦਾ ਉਸਦੇ ਇਲਾਜ ਲਈ ਲੂਪਸ ਦੇ ਇਲਾਜ ਲਈ ਕਹਿੰਦੇ ਕਿ ਜਿਹੜੇ ਲੂਪਸ ਦੇ ਮਰੀਜ਼ ਨੇ ਉਹਨਾਂ ਨੂੰ ਕੋਵਿਡ-19 ਹੋ ਹੀ ਨਹੀਂ ਰਿਹਾ ਹੂੰ ਫਿਰ ਐਂਟੋਨੀ ਫਾਉਚੀ ਦੇ ਮੂੰਹ ਤੇ ਇੱਕ ਰੰਗ ਆਵੇ ਇੱਕ ਜਾਵੇ ਇੱਕ ਜਾਵੇ ਡੋਨਲਡ ਟਰੰਪ ਇਹ ਕਹਿੰਦੇ ਹੈ ਕਹਿੰਦੇ ਕਿ ਹੁਣ ਮੈਂ ਕੋਟ ਕਰਦਾ ਉਹਨਾਂ ਦੁਆਰਾ ਜੀ ਦੇ ਸ਼ੁੱਡ ਲੁੱਕ ਐਟ ਦ ਲੂਪਸ ਥਿੰਗ ਹਾਂ ਆਈ ਡੋਨਟ ਨੋ ਵਾਟ ਇਟ ਸੇਜ਼ ਹਾਂ ਬਟ ਥੇਰ ਇਜ਼ ਅ ਰੂਮਰ ਯੂ ਆਰ ਦ ਪ੍ਰੈਜ਼ੀਡੈਂਟ ਯੂ ਆਰ ਟਾਕਿੰਗ ਅਬਾਟ ਰੂਮਰਸ ਯੂ ਟੋਕਿੰਗ ਅਬਾਟ ਰੂ but there's a rumor out there, out there where, WhatsApp? There? The, ther, ther. there's a rumor out there that because it takes care of lupus hmm. very effectively, hmm. as i understand it, with your doctor, and it's a, you know, drug that's used for lupus. Haan. so there's a study out there, so a study. Out there. so there's a study out there that says people that have lupus haven't been catching this virus. ਹੂੰ ਸੁਣਿਓ ਹਾਂ ਇਹ ਹੁਣ ਕਲਾਈਮੈਕਸ ਹਾਂ ਮੇਬੀ ਇਟਸ ਟਰੂ ਮੇਬੀ ਇਟਸ ਨਾਟ ਇਹੀ ਕਿ 트럼ਪ ਦੀ ਖੁੱਲੀ ਕਵਿਤਾ ਪਤਾ ਨਹੀਂ ਕੀ ਹੈ ਦੈਟ ਸੌਂਡਸ ਲਾਈਕ ਦੈਟਸ ਵਾਟ ਇਟ ਸਾਊਂਡਸ ਲਾਈਕ অর ਮੇਬੀ ਤੁਸੀਂ ਦੇਖੋ ਟਰੰਪ ਦੇ ਸ਼ਬਦਾਂ ਨੂੰ ਤੁਸੀਂ ਬੋਲ ਰਹੇ ਸੀ ਨਾ ਤੁਸੀਂ ਉਹ ਫਲੋ ਦੇ ਵਿੱਚ ਜਿੱਥੇ ਉਹ ਪਾਜ਼ ਲੈਂਦੇ ਨੇ ਉਹ ਵੀ ਇਦਾਂ ਹੀ ਨਹੀਂ ਨਹੀਂ ਉਹ ਨਹੀਂ ਸੀਗੇ ਮੇਬੀ ਦਾ ਵੇ ਯੂ ਰੈਡ ਇਟ ਇਹ ਤੁਸੀਂ ਬੜੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪੜਦਾ ਨਾ 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 ਉਹਨਾਂ ਦੇ ਤਾਂ ਵਿਜੇ ਪਾਜ਼ਸ ਮਤਲਬ ਮੈਂ ਤਾਂ ਸ਼ਾਇਰਾਨਾ ਅੰਦਾਜ਼ ਚ ਪੜਿਆ ਉਹਨਾਂ ਦੇ ਤਾਂ ਕੋਈ ਹੋਰ ਹੀ ਅੰਦਾਜ਼ ਹੁੰਦਾ ਉਹ ਯੂ نو ਦੈਟ ਤੁਸੀਂ ਬਹੁਤ ਸੋਹਣੀ ਰੀਸ ਲਾ ਲੈਂਦੇ ਹੋ ਡੋਨਲਡ ਟਰੰਪ ਦੀ ਨਹੀਂ ਰਹਿਣ ਦਿਓ ਹਾਂ ਚਲੋ ਹੁਣ ਅਸੀਂ ਆਪਾਂ ਨੇ ਆਪਣੀ ਕੰਮ ਕਰਨਾ ਹੋ ਐਗਜ਼ੈਕਟਲੀ ਪਰ ਦੂਜੀ ਗੱਲ ਇਹ ਆ ਵਾਸੂ ਦੇਖੋ ਹੁਣ ਜਿੱਥੇ ਯੂ ਐਸ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕੀਤੀਆਂ ਜੋ ਕੱਲ ਉਹਨਾਂ ਨੇ ਕਿਹਾ ਅੱਛਾ ਉਹ ਕਹਿੰਦੇ ਮੈਂ ਸਪੋਰਟਸ ਲੀਗ ਵਾਲਿਆਂ ਨਾਲ ਵੀ ਗੱਲਾਂ ਕੀਤੀਆਂ ਤੇ ਮੈਂ ਚਾਹਨਾ ਕਿ ਸਪੋਰਟਸ ਲੀਗ ਛੇਤੀ ਛੇਤੀ ਸ਼ੁਰੂ ਹੋਣ ਮੇਰੇ ਪੂਰਾ 1.5 ਮਿੰਟ ਲਗਾ ਕੇ ਉਹਨਾਂ ਨੇ ਸਾਰੀਆਂ ਜਿਹੜੀਆਂ ਲੀਗਸ ਨੇ ਉਹਨਾਂ ਦੇ ਪ੍ਰੈਜ਼ੀਡੈਂਟ ਦਾ ਨਾਮ ਲਿਆ ਹਾਂ ਤੇ ਸਾਰਿਆਂ ਨੂੰ ਨਾਲ ਐਡਜੈਕਟਿਵ ਦਿੱਤਾ ਬਿਊਟੀਫੁੱਲ ਪਰਸਨ ਹੀ ਇਜ਼ ਅ ਗ੍ਰੇਟ ਮੈਨ ਅੱਛਾ ਕਹਿੰਦੇ ਮੈਂ ਵਿਨਸ ਮੈਕਮੈਨ ਨਾਲ ਵੀ ਗੱਲ ਕੀਤੀ ਹੈ ਜਿਹੜੇ ਡਬਲਯੂ ਡਬਲਯੂ ਦਾ ਚੀਫ ਨੇ ਕਹਿੰਦੇ ਮੈਂ ਸਾਰਾ ਕਿਉਂਕਿ ਉਹ ਡਬਲਯੂ ਡਬਲਯੂ ਦੇ ਬੜੇ ਤਕੜੇ ਫੈਨ ਨੇ ਹਾਂ ਕਹਿੰਦੇ ਕਿ ਹੁਣ ਪੀਪਲ ਵਾਂ ਕਹਿੰਦੇ ਹੁਣ بار بار ਵਿਜੇ بار بار ਕਹਿੰਦੇ ਵੀ ਵਾਂਟ ਟੂ ਓਪਨ ਦਾ ਕੰਟਰੀ ਹਾਂ ਕਹਿੰਦੇ ਸਾਡਾ ਮੁਲਕ ਬੰਦ ਕਰਨ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਸੀ ਇਹਨਾਂ ਨੂੰ ਪੁੱਛੋ ਕਿਹੜਾ ਮੁਲਕ ਡਿਜ਼ਾਈਨ ਕੀਤਾ ਗਿਆ ਸੀ ਇਦਾਂ ਜਿਹੜਾ ਬੰਦ ਕਰਨ ਬੰਦ ਕਰਨ ਵਾਸਤੇ ਨਾਰਥ ਕੋਰੀਆ ਮੇ ਵੀ ਕਹਿੰਦੇ ਖੋਲ ਦਿਓ ਓਪਨ ਦਾ ਕੰਟਰੀ ਓਪਨ ਦਾ ਕੰਟਰੀ بار 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 ਉਹ ਬੰਦ ਨੇ ਇਹ ਗੱਲ ਕੀਤੀ ਤੇ ਨਾਲ ਨਾਲ ਕਹੀ ਜਾਂਦੇ देयर विल बी ਡੈਥ ਜੀ ਬਾਰ ਬਾਰ देयर विल बी ਟ੍ਰੈਮੈਂਡਸ ਡੈਥ ਸਪੈਸ਼ਲੀ ਕਹਿੰਦੇ ਜਿਹੜਾ ਆ ਆਉਣ ਵਾਲਾ ਹਫਤਾ ਇਹ ਬਹੁਤ ਜ਼ਿਆਦਾ ਮਤਲਬ ਵਿਪਤਾ ਭਰਪੂਰ ਹੋਣਾ ਇਹ ਇਵਨ ਜਿਹੜੇ ਸਰਜਨ ਜਨਰਲ ਨੇ ਯੂਐਸ ਦੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਪਰ ਉਹਨਾਂ ਨੇ ਕੋਈ ਕੰਟਰੈਡਿਕਟਰੀ ਗੱਲ ਨਹੀਂ ਨਾਲ ਕੀਤੀ ਜਿਵੇਂ ਡੋਨਲਡ ਟਰੰਪ ਇੱਕ ਪਾਸੇ ਇਹ ਗੱਲ ਦੂਜੇ ਪਾਸੇ ਬਿਲਕੁਲ ਹੀ ਮਤਲਬ ਆਵੀਆਂ-ਤਾਵੀਆਂ ਹੀ ਯੈਸ ਜਦੋਂ ਵਿਜੇ ਉਹਨਾਂ ਨੂੰ ਪੁੱਛਿਆ ਗਿਆ ਮਾਸਕਸ ਬਾਰੇ ਵੀ ਤੁਸੀਂ ਮਾਸਕ ਰੋਕਣ ਦੀ ਗੱਲ ਕੀਤੀ ਹੈ ਕੈਨੇਡਾ ਨੂੰ ਨਾ ਭੇਜੇ ਜਾਣ ਤੇ ਸਾਰੇ ਮੁਲਕਾਂ ਤੋਂ ਡਾਇਵਰਟ ਹੋ ਕੇ ਯੂਐਸ ਦੇ ਵਿੱਚ ਹੀ ਆਣ ਉਹ ਕਹਿੰਦੇ ਕਿ ਆਈ ਐਮ ਵੈਰੀ ਐਂਗਰੀ ਵਿਦ 3ਐਮ ਹਾਂ ਨਰਾਜ਼ ਬਹੁਤ ਛੇਤੀ ਹੋ ਜਾਂਦੇ ਹੈ ਹਾਂ ਹੈ 3ਐਮ ਨਾ ਨਰਾਜ਼ ਨੇ ਅੱਛਾ ਸੀਐਨਐਨ ਦੇ ਨਾਲ ਨਰਾਜ਼ ਨੇ ਯੈਸ ਵਾਸ਼ਿੰਗਟਨ ਪੋਸਟ ਦੇ ਨਾਲ ਨਰਾਜ਼ ਨੇ ਜਿਹੜੇ ਡੈਮੋਕ੍ਰੇਟ ਗਵਰਨਰਸ ਨੇ ਉਹਨਾਂ ਦੇ ਨਾਲ ਨਰਾਜ਼ ਨੇ ਅੱਛਾ ਗਵਰਨਰਸ ਦੇ ਕਹਿੰਦੇ ਕਹਿੰਦੇ ਕਿ ਜਿਹੜੇ ਗਵਰਨਰ ਕੁਆਮੋ ਨੇ ਨਿਊਯਾਰਕ ਦੇ ਨਿਊਯਾਰਕ ਵਾਲੇ ਤੇ ਕਹਿੰਦੇ ਉਹ ਮੈਨੂੰ ਕਹਿੰਦੇ 40 ਹਜ਼ਾਰ ਮੈਨੂੰ ਵੈਂਟੀਲੇਟਰ ਚਾਹੀਦੇ ਨੇ ਹਾਂ ਕਹਿੰਦੇ ਕੋਈ ਫਿਗਰ ਹੈ 40 ਹਜ਼ਾਰ ਵੈਂਟੀਲੇਟਰ ਤੁਸੀਂ ਇਕੱਠੇ ਕਦੀ ਕਦੀ ਦੇਖੇ ਹੈ ਕਹਿੰਦਾ ਮੇਰੇ ਕੋਲ ਤਾਂ 200 ਮੰਗੇ ਸੀ ਮੈਂ ਹ ਹਾਂ ਤੇ ਕਹਿੰਦੇ ਹੁਣ ਮੀਡੀਆ ਚ ਜਾ ਕੇ ਕਹਿੰਦੇ ਕਿ 40000 ਚਾਹੀਦੇ ਨੇ ਹੋਰ ਵੈਂਟੀਲੇਟਰ ਚ ਜਦ ਕਿ ਹੁਣ ਨਿਊਯਾਰਕ ਦੇ ਵਿੱਚ ਚਾਈਨਾ ਤੋਂ ਡੋਨੇਟਿਡ ਵੈਂਟੀਲੇਟਰ ਆ ਰਹੇ ਨੇ ਉਹਦੇ ਨਾਲ ਉੱਥੇ ਕੰਮ ਬਣਨਾ 122000 ਤੋਂ ਵੀ ਜ਼ਿਆਦਾ ਕੋਵਿਡ-19 ਦੇ ਕੇਸਸ ਅੱਲੀ ਨਿਊਯਾਰਕ ਸਟੇਟ ਚ ਨੇ 올ਓਵਰ ਦ ਯੂਐਸਏ ਸਵਾ ਤਿੰਨ ਲੱਖ ਤੋਂ ਅੰਕੜਾ ਪਾਰ ਹੋ ਚੁੱਕਾ ਕੋਵਿਡ-19 ਦੇ ਪੋਜ਼ਿਟਿਵ ਕੇਸਿਸ ਜਿਹੜੇ ਚਾਈਨਾ ਤੋਂ ਆ ਰਹੇ ਨੇ ਨਿਊਯਾਰਕ ਦੇ ਵਿੱਚ ਵੈਂਟੀਲੇਟਰਸ ਜੀ ਡੋਨਲਡ ਟਰੰਪ ਕਹਿੰਦੇ ਉਹ ਵੀ ਮੇਰੇ ਦੋਸਤਾਂ ਨੇ ਮੁਹੱਈਆ ਕਰਾਏ ਨੇ ਅੱਛਾ ਕਹਿੰਦੇ ਟੂ ਆਫ ਮਾਈ ਫਰੈਂਡਸ ਹਾਂ ਜਿਨ੍ਹਾਂ ਨੇ ਉਹ ਕਰਾਏ ਨੇ ਕਹਿੰਦੇ ਬਟ ਗਵਰਨਰ ਕੁਆਮੋ ਵਿਲ ਨੈਵਰ ਟੈਲ ਯੂ ਥੈਟ ਹਾਂ ਕਹਿੰਦੇ ਉਹ ਮੀਡੀਆ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਡੋਨਲਡ ਟਰੰਪ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਹਾਂ ਕਹਿੰਦੇ ਪਰ ਮੈਂ ਬਹੁਤ ਮਦਦ ਕਰ ਰਿਹਾ ਮੈਂ ਬਹੁਤ ਮਦਦ ਕਰ ਰ ਉਕੇਰੇ ਸਾਹਿਬ ਖੋਲ ਦਿਓ ਡੋਨਲਡ 트੍ਰੰਪ ਦੀ ਭਾਸ਼ਾ ਬੋਲ ਰਹੇ ਨੇ ਕਹਿੰਦੇ ਦੇ ਆਰ ਡੂਇੰਗ ਅ ਗ੍ਰੇਟ ਜੌਬ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਪੋਲਿਟਿਕਸ ਛੱਡੀ ਨਹੀਂ ਪੋਲਿਟਿਕਸ ਨਹੀਂ ਛੱਡੀ ਦੂਜੀ ਗੱਲ ਇਹ ਆ ਬਸ ਜਦੋਂ ਪਤਾ ਹੈ ਕਿ ਹੁਣ ਦੁਨੀਆ ਭਰ ਦੇ ਵਿੱਚ ਐਪੀ ਸੈਂਟਰ ਕੋਵਿਡ 19 ਦੇ ਮਾਮਲਿਆਂ ਦਾ ਯੂਐਸ ਬਣ ਚੁੱਕਾ ਹੈ ਇੰਨੇ ਮਾਮਲੇ ਟੋਟਲ ਹੋਰ ਕਿਸੇ ਮੁਲਕ ਦੇ ਵਿੱਚ ਨਹੀਂ ਹੋਏ ਤੁਸੀਂ ਇਹ ਵੇਖੋ ਅਸੀਂ ਕਹਿੰਦੇ ਹਾਂ ਕਿ ਸਪੇਨ ਤੇ ਇਟਲੀ ਉੱਥੇ ਕਿੰਨੇ ਜ਼ਿਆਦਾ ਕੇਸਿਸ ਨੇ ਤੁਸੀਂ ਉਹ ਦੋਨਾਂ ਮੁਲਕਾਂ ਦੇ ਕੇਸਿਸ ਦਾ ਟੋਟਲ ਕਰ ਲਓ ਜਿੱਥੇ ਕਿ ਇਹ ਆਊਟ ਬ੍ਰੇਕ ਕਦੋਂ ਦੀ ਸ਼ੁਰੂ ਹੋਈ ਹੈ ਉਹਨਾਂ ਦਾ ਟੋਟਲ ਵੀ ਹੋ ਕੇ ਤਕਰੀਬਨ 2.5 ਲੱਖ ਕੇਸਿਸ ਤੇ ਆਉਂਦਾ ਦੋ ਮੁਲਕਾਂ ਦਾ ਕੱਲੇ ਯੂਐਸ ਦੇ ਵਿੱਚ 327000 ਨੇ ਆਪਾਂ ਜੇ ਸਪੇਨ ਇਟਲੀ ਤੇ ਜਰਮਨੀ ਸਾਰੇ ਇਕੱਠੇ ਜੋੜ ਲਈਏ ਜਰਮਨੀ ਦੇ ਕੇਸਿਸ ਵੀ ਹੁਣ ਲਗਭਗ 1 ਲੱਖ ਦੇ ਨੇੜੇ ਪਹੁੰਚ ਚੁੱਕੇ ਨੇ ਤੇ ਤਾਂ ਉਹਨਾਂ ਦਾ ਉਹ ਸਾਰੇ ਇੱਕ ਪਾਸੇ ਤੇ ਕੱਲਾ ਯੂਐਸ ਇੱਕ ਪਾਸੇ ਐਂਡ ਔਨ ਟਾਪ ਆਫ 댓 ਇਸ ਤਰ੍ਹਾਂ ਦੇ ਜਿਹੜੇ ਕੰਟਰੈਡਿਕਟਰੀ ਬਿਆਨ ਨੇ ਹਾਈਡਰੋਕਸੀ ਕਲੋਰੋਕੁਇਨ ਹੂੰ ਹੁਣ ਕਹਿੰਦੇ ਕਿ ਮੈਂ ਆਪ ਖਾ ਲੈਣੀ ਕਹਿੰਦੇ ਹਾਂ ਕਿ ਮਾਸਕ ਪਾਣਾ ਨਹੀਂ ਮਾਸਕ ਨਹੀਂ ਪਾਣਾ ਇੱਕ ਦਵਾਈ ਖਾ ਲੈਣੀ ਹੈ ਉਹਨਾਂ ਦਾ ਦੋ ਵਾਰ ਟੈਸਟ ਹੋ ਚੁੱਕਾ ਡੋਨਲਡ ਟਰੰਪ ਦਾ ਦੋਨੋਂ ਵਾਰ ਨੈਗੇਟਿਵ ਆਇਆ ਇਹ ਡਰਗ ਅਜੇ ਤੱਕ ਕੋਈ ਦਾਦੀ ਪੁਸ਼ਟੀ ਹੋਈ ਨਹੀਂ ਹੈ ਕਿ ਇਹ ਇਫੈਕਟਿਵ ਹੈ ਪਰ ਕਹਿੰਦੇ ਮੈਂ ਗੋਲੀ ਖਾ ਲੈਣੀ ਹੈ ਹਾਂ ਤੇ ਬਟ ਵਿਦ ਅਡਵਾਈਸ ਆਫ ਮਾਈ ਡਾਕਟਰਸ ਨਾਲ ਇਦਾਂ ਕਹਿੰਦੇ ਨਾਲ ਹੀ ਕਹਿੰਦੇ ਠੀਕ ਹੈ ਅੱਛਾ ਵੀਰੇ ਹੁਣ ਦੇਖੋ ਇੱਕ ਇਹ ਤੁਸੀਂ ਕੋਵਿਡ-19 ਬਾਰੇ ਤੁਸੀਂ ਸਾਰੀ ਸਪੀਚ ਦੇ ਰਹੇ ਹੋ ਰਾਈਟ ਉਹਦੇ ਵਿੱਚ ਇਹਨਾਂ ਨੇ ਮਾਈਕਲ ਐਟਕਿੰਸਨ ਜਿਹੜੇ ਕਿ ਇੱਕ ਇਨਸਪੈਕਟਰ ਜਨਰਲ ਸਿਗੇ ਜਿਨ੍ਹਾਂ ਨੇ ਕਿਹਾ ਸੀ ਕਿ ਵਿਸਲ ਬਲੋਅਰ ਦੀ ਜਿਹੜੀ ਰਿਪੋਰਟ ਹੈ ਉਹਨੂੰ ਕਾਂਗਰਸ ਦੇ ਵਿੱਚ ਭੇਜਿਆ ਜਾ ਜੀ ਜਿਹਦੇ ਆਧਾਰ ਤੇ ਇੰਪੀਚਮੈਂਟ ਹੋਈ ਸੀ ਡੋਨਾਲਡ ਟਰੰਪ ਦੀ ਜੀ ਉਹਨਾਂ ਨੂੰ ਇੱਕ ਰਾਤ ਪਹਿਲਾਂ ਇਹਨਾਂ ਨੇ ਫਾਇਰ ਕਰਤਾ ਹਾਂ ਤੇ ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਵੀ ਤੁਸੀਂ ਉਹਨਾਂ ਨੂੰ ਕਿਉਂ ਫਾਇਰ ਕੀਤਾ ਤੇ ਉਹ ਕਹਿੰਦੇ ਹੀ ਡਿਡ ਅ ਟੈਰੀਬਲ ਜੌਬ ਹਾਂ ਐਬਸੋਲੂਟਲੀ ਟੈਰੀਬਲ ਹੀ ਟੁਕ ਅ ਫੇਕ ਰਿਪੋਰਟ ਐਂਡ ਹੀ ਬਰਾਟ ਇਟ ਟੂ ਕਾਂਗਰਸ the man is a disgrace to igs inspector uh, generals inspector generals he's a total disgrace uh, jad ki uh, michael atkinson no hmm. uh, donald trump ne hi appoint kita si yes ਅਤੇ ਹੁਣ ਇਹ ਫਿਰ ਬਾਅਦ ਟਰੰਪ ਨੇ ਇਹ ਵੀ ਕਿਹਾ ਸੀ ਕਿ ਜੀ ਇਹ ਹੁਣ ਵਫਾਦਾਰ ਨਹੀਂ ਰਿਹਾ ਮੈਨੂੰ ਕੋਈ ਇਸ ਪੋਜੀਸ਼ਨ ਦੇ ਵਿੱਚ ਵਫਾਦਾਰ ਵਿਅਕਤੀ ਚਾਹੀਦਾ ਹੁਣ ਉਦੋਂ ਗੱਲ ਇਹ ਉੱਠੀ ਸੀ ਵਫਾਦਾਰ ਕਿਹਦੇ ਪ੍ਰਤੀ ਮੁਲਕ ਪ੍ਰਤੀ ਕਿ ਪ੍ਰੈਜ਼ੀਡੈਂਟ ਪ੍ਰਤੀ ਤੇ ਮੀਡੀਆ ਨੇ ਇਹ ਗੱਲ ਕਹੀ ਕਹਿੰਦੇ ਤੁਸੀਂ ਆਪ ਹੀ ਅਪੁਆਇੰਟ ਕੀਤਾ ਸੀ ਕਿ ਉਹ ਤੁਹਾਡੀ ਭਾਸ਼ਾ ਨਹੀਂ ਬੋਲਦੇ ਸੀ ਤੁਸੀਂ ਤਾਂ ਕਰਕੇ ਉਹਨਾਂ ਨੂੰ ਫਾਇਰ ਕਰਤਾ ਫਿਰ ਜਦੋਂ ਕੋਈ ਜਵਾਬ ਨਹੀਂ ਆਇਆ ਕਹਿੰਦੇ ਮੇਰੇ ਕੋਲ ਪੂਰੀ ਪਾਵਰ ਸੀ ਇਟ ਵਾਸ ਇਨ ਮਾਈ ਪਾਵਰ ਟੂ ਡੂ ਇਟ ਆਈ ਡਿਡ ਇਟ ਮੈਂ ਕਰਦਾ ਸੀ ਮੈਂ ਕਰਦਾ ਕਰ